ਕੀ ਫਤਿਹ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੀ ਤਿਆਰੀ ਕੀਤੀ ਗਈ, ਕਿੰਨਾ ਲੱਡੂ ਹੈ ਅਤੇ ਕੀ ਕਹੋਗੇ? ਇਹ ਸਾਡੀ ਗੁਰੂ ਰਾਮਦਾਸ ਸੇਵਾ ਸੁਸਾਇਟੀ 5 ਸਾਲ ਤੋਂ ਹਰ ਸਾਲ ਅਸੀਂ ਪਹਿਲੇ ਪ੍ਰਕਾਸ਼ ਦਿਹਾੜੇ 'ਤੇ ਜਿਹੜਾ ਉਹ ਕਿਨੇ ਦਾ ਲੱਡੂਆਂ ਦਾ ਜਿਹੜਾ ਲੰਗਰ ਲਾਉਂਦੇ ਹਾਂ ਜੀ। ਇਹ ਲੰਗਰ ਲਈ ਦੇਸ਼ਾਂ ਵਿਦੇਸ਼ਾਂ ਸਾਰਿਆਂ ਜਗ੍ਹਾ ਤੋਂ ਸਾਨੂੰ ਜਿਹੜੀ ਸੇਵਾ ਬੜੇ ਪਿਆਰ ਨਾਲ ਭੇਜਦੇ ਆ, ਔਰ ਡੇਲੀ 12-13 ਕੁਇੰਟਲ ਅਸੀਂ ਵੱਟ ਕੇ 60 ਕੁਇੰਟਲ ਦੇ ਕਰੀਬ ਇਹ ਲੱਡੂ ਵੱਟੇ ਗਏ ਆ। ਅਤੇ ਜਿਹੜੇ ਸਵੇਰੇ ਅਟੁੱਟ ਵਰਤਣਗੇ, ਸਵੇਰੇ ਗੁਰੂ ਰਾਮਦਾਸ ਜੀ ਦੀ ਨਾਂ ਲੈ ਕੇ ਅਰਦਾਸ ਲੈ ਕੇ ਦੋਵਾਂ ਹਾਲਾਂ ਦੇ ਵਿੱਚ ਅਸੀਂ ਵਰਤਾਵਾਂਗੇ, ਜੋ ਕਿ ਸ਼ਾਮ ਤੱਕ ਜਿਹੜੇ ਨਾ ਅਟੁੱਟ ਵਰਤਦੇ। ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ? ਸੰਗਤ ਬੜੀ ਦੂਰੋਂ ਜੀ, ਲੁਧਿਆਣਿਓਂ ਤੋਂ, ਸਾਰੇ 4 ਸਵੇਰੇ ਪਿੰਡਾਂ ਤੋਂ ਜਿਹੜੀ ਆ ਸਾਡੇ ਮਾਤਾ ਜੀ ਹੋਰੀ, ਸਾਡੇ ਇੱਕ ਆ ਬਜ਼ੁਰਗ, ਉਹ 30 ਤਰੀਕ ਦੇ ਆਏ ਆ, ਉਹ 31 ਤਰੀਕ ਤੋਂ ਲੈ ਕੇ ਅਤੇ ਅੱਜ ਤੱਕ ਲੱਡੂ ਵੱਟਣ ਡੇ ਆ। ਔਰ ਉਹਨਾਂ ਦੇ ਸੰਯੋਗ ਨਾਲ ਹੀ ਸਾਰੀਆਂ, ਤੁਸੀਂ ਵੇਖ ਹੀ ਲਿਆ ਵਾ ਵੀ ਲੱਡੂਆਂ ਦੇ ਜਿਹੜੇ ਪੰਜਾਬੀ 'ਚ ਕਹਿੰਦੇ ਆ ਵੀ ਆਪਾਂ ਬੋਲ ਲਾਉਣੇ ਆ, ਇਹ ਬੋਲ ਲਾ ਦਿੱਤੇ ਆ। ਹਾਂਜੀ ਹਾਂਜੀ, ਹਾਂ ਬੋਲ ਲੱਗ ਗਏ ਜੀ। ਅਤੇ ਬਾਬਾ ਜੀ, ਇਹ ਫਿਰ ਕਿਸ ਚੀਜ਼ ਦੇ ਤਿਆਰ ਹੁੰਦੇ ਲੱਡੂ? ਜ਼ਿਆਦਾ ਇਹ ਲੱਡੂ ਬੇਸਣ ਜੀ ਪਿਓਰ ਅਸੀਂ ਚੱਕੀ ਤੋਂ ਆਪ ਜਿਹੜਾ ਸਪੈਸ਼ਲ ਚੱਕੀ ਤੋਂ ਪਿਸਵਾ ਕੇ ਲਿਆਉਂਦਾ, ਵਿੱਚ ਰਿਫਾਇੰਡ, ਵਿੱਚ ਡਾਲਡਾ, ਵਿੱਚ ਜਿਹੜੀ ਕੀ ਨਾਂ ਲਈਦਾ, ਬਾਕੀ ਪਿਸਤਾ ਵਗੈਰਾ ਸਾਰਾ ਕੁਛ ਪਾ ਕੇ ਉਹਨੂੰ ਹਲਵਾਈ ਸੱਤਾ ਹਲਵਾਈ ਜੀ ਨੇ ਸੰਯੋਗ ਦੇ ਨਾਲ, ਇਹਨਾਂ ਨੇ 5-6 ਹਲਵਾਈ ਡਾਹੇ ਸੀ ਜੋ ਕਿ 31 ਤਰੀਕ ਤੋਂ ਲੈ ਕੇ ਅਤੇ ਅੱਜ ਸਮਾਪਤੀ ਕੀਤੀ ਆ। ਉਹ ਸਮਾਪਤੀ ਤੋਂ ਬਾਅਦ ਫਿਰ ਅਸੀਂ ਬ੍ਰੈਡ ਪਕੌੜਾ ਅਤੇ ਪਿਆਜ਼ ਅਤੇ ਆਲੂਆਂ ਦੇ ਪਕੌੜੇ ਵੀ ਸੰਗਤ ਨੂੰ ਛਕਾਏ ਆ ਜੀ। ਇਹ ਬਾਬਾ ਜੀ ਹਰ ਸਾਲ ਵਧਦਾ ਹੀ ਜਾ ਰਿਹਾ? ਇਹ ਹਰ ਸਾਲ ਵਾਧਾ, ਪਿਛਲੀ ਵਾਰੀ ਹੈਗਾ ਇਹ ਵਾਧਾ ਜੀ। ਅਸੀਂ ਗੁਰੂ ਰਾਮਦਾਸ ਗੜੀ ਅਰਦਾਸ ਕੀਤੀ ਸੀ ਵੀ ਜਿਵੇਂ 10.25 ਕੁਇੰਟਲ ਪਿਛਲੇ ਵੇਸਣ ਬਣਾਇਆ ਸੀ, ਐਤਕਾਂ ਉਹਨਾਂ ਨੂੰ ਕਿਹਾ ਵਾਹਿਗੁਰੂ ਦਾ ਅਰਦਾਸ ਕਰਕੇ ਵੀ ਵਾਧਾ ਪਾਉਣਾ, ਐਤਕਾਂ 13-14 ਕੁਇੰਟਲ ਵੇਸਣੀ ਆ ਅਤੇ ਉਦੋਂ ਤੁਸੀਂ ਲਾ ਲਓ, ਬਣਾ ਲਓ ਵੀ ਉਹ ਕਿੰਨੇ ਗੁਣਾ, 4 ਗੁਣਾ ਲਾ ਲਓ, ਉਹ 60 ਕੁਇੰਟਲ ਦੇ ਕਰੀਬ ਪਹੁੰਚ ਜਾਂਦਾ। ਹਾਂਜੀ, ਹਰ ਸਾਲ ਵੱਧਦਾ ਰਹੂਗਾ, ਹਰ ਸਾਲ ਗੁਰੂ ਰਾਮਦਾਸ ਜੀ ਵਧਾਉਣ ਵਾਲੇ ਜੀ। ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਆਪਣਾ ਵਡਭਾਗਾ ਮਹਿਸੂਸ ਹੁੰਦਾ? ਬਹੁਤ ਵਡਭਾਗਾ ਮਹਿਸੂਸ ਹੁੰਦਾ ਜੀ, ਬਹੁਤ ਆਪਣੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਇਹ ਅੰਮ੍ਰਿਤਸਰ ਦੇ ਵਿੱਚ ਜਨਮ ਲਿਆ ਵਾ, ਇਹ ਗੁਰੂ ਦੀ ਧਰਤੀ 'ਤੇ ਇਹ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਜਾਂਦਾ ਵਾ, ਉਹਦੇ ਸੰਬੰਧ ਵਿੱਚ ਲੱਡੂਆਂ ਦਾ ਲੰਗਰ ਜਿਹੜਾ ਜੋ 31 ਤਰੀਕ ਤੋਂ ਤਿਆਰ ਕੀਤਾ ਜਾ ਰਿਹਾ ਅਤੇ ਕੱਲ੍ਹ ਨੂੰ ਅਰਦਾਸ ਬੇਨਤੀ ਕਰਕੇ ਜੋ ਲੰਗਰ ਹਾਲ ਵਿੱਚ ਵਰਤਾਇਆ ਜਾਵੇਗਾ। ਕਿੰਨੀ ਖੁਸ਼ੀ ਹੁੰਦੀ ਹੈ ਘਰ 'ਚ ਕੋਈ ਗੰਦ ਕਰੇ ਨਾ ਕਰੇ, ਇੱਥੇ ਜ਼ਰੂਰ ਆ ਕੇ ਸੇਵਾ ਕਰੇ? ਬਹੁਤ ਸੇਵਾ ਕਰਨ ਦੀ ਖੁਸ਼ੀ ਹੁੰਦੀ ਹੈ ਜੀ, ਬੜਾ ਮਨ ਨੂੰ ਸਕੂਨ ਮਿਲਦਾ ਇੱਥੇ ਆ ਕੇ। ਹਰ ਐਤਵਾਰ ਅਸੀਂ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਹਾਂ, ਬਹੁਤ ਮਨ ਨੂੰ ਸਕੂਨ ਮਿਲਦਾ ਜੀ। ਅਤੇ ਇਸ ਵਾਰ ਲੰਗਰ 'ਚ ਕੀ ਆਇਆ, ਕੀ ਤਿਆਰ ਕੀਤੇ ਗਏ ਲੱਡੂ? ਲੱਡੂ ਤਿਆਰ ਕੀਤੇ ਗਏ ਜੀ, ਹਰ ਸਾਲ ਇਹ 5-6 ਸਾਲ ਹੋ ਗਏ ਲਗਾਤਾਰ ਇਹ ਲੱਡੂ ਤਿਆਰ ਕੀਤੇ ਜਾਂਦੇ ਆ, ਅਤੇ ਇਸੇ ਤਰ੍ਹਾਂ ਹੀ ਮਤਲਬ 2-4 ਦਿਨ ਥੋੜ੍ਹਾ ਥੋੜ੍ਹਾ ਕਰਦਿਆਂ ਕਰਦਿਆਂ ਜੇ ਬਹੁਤ ਵੱਡੀ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ 50-60 ਕੁਇੰਟਲ ਦੇ ਕਰੀਬ ਲੱਡੂ ਜਿਹੜੇ ਤਿਆਰ ਹੋਏ ਜੀ। ਥੱਲੇ ਇੱਦਾਂ ਹੀ ਚੱਲਦਾ ਰਹੂਗਾ? ਇੱਦਾਂ ਹੀ ਜੀ ਚੱਲਦਾ ਰਹੂ, ਗੁਰੂ ਮਹਾਰਾਜ ਕਿਰਪਾ ਕਰਦੇ ਰਹਿਣ, ਇੱਦਾਂ ਹੀ ਚੱਲਦਾ ਰਹੇਗਾ ਜੀ। ਅਤੇ ਬਹੁਤ ਸਾਰੀ ਚੀਜ਼ਾਂ ਤਿਆਰ ਕਰਦੇ, ਅੱਜ ਅੱਜ 'ਚ ਕੀ ਖਾਸ ਪਾਇਆ? ਹਾਂਜੀ, ਮਹਾਰਾਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪ੍ਰਕਾਸ਼ ਕਰਕੇ ਜੀ ਸਾਰਾ ਕੁਛ ਪਾ ਕੇ ਐਂ ਉਹ ਸਾਰਾ ਕਰਕੇ ਵਧੀਆ ਕਰਕੇ ਬਣਾਏ ਜੀ, ਵਧੀਆ ਜੀ ਸਾਰਾ ਕੁਛ ਸਫਾਈ ਕਰਕੇ ਸਾਰਾ ਕੁਛ ਵਧੀਆ ਕਰਕੇ। ਕਿੰਨਾ ਕੁ ਚਾਹ ਹੁੰਦਾ ਇਹ ਇਹਦੀ ਤਿਆਰੀ ਕਰਾਉਣ ਦਾ? ਬਹੁਤ ਚਾਹ ਹੁੰਦਾ ਜੀ, ਬਹੁਤ ਚਾਹ ਹੁੰਦਾ ਹੈ, ਪੂਰਾ ਕਿਸਾਨ ਇਸ ਚੀਜ਼ ਨੂੰ ਡੀਕੀਦਾ ਜੀ, ਮਹਾਰਾਜ ਦਾ ਪ੍ਰਤੀਕਾਰ ਆਵੇ ਜੀ, ਹਰ ਚੜ੍ਹਦੀ ਕਲਾ ਕਰੇ। ਗੁਰੂ ਰਾਮਦਾਸ ਜੀ ਆਪਣੀ ਕਿਰਪਾ ਜੀ, ਗੁਰੂ ਰਾਮਦਾਸ ਜੀ ਉਹ ਕਰਾ ਰਿਹਾ ਸਾਰਾ ਕੁਛ, ਉਹ ਕਰਾ ਰਿਹਾ ਜੀ। ਕਦੀ ਸੋਚਦੇ ਹੋ ਕਿ ਇੰਨਾ ਵਧੀਆ ਲੱਡੂ ਤਿਆਰ ਹੋ ਜਾਊਗਾ? ਮਹਾਰਾਜ ਤਾਂ ਦੱਸਦਾ, ਗੁਰੂ ਰਾਮਦਾਸ ਜੀ ਆਪ ਹੀ ਸਾਰਾ ਕੁਛ ਕਰਾ ਰਿਹਾ ਜੀ, ਇਹਦੇ ਵਿੱਚ ਕੋਈ ਵਜਨ ਨਹੀਂ ਕੋਈ ਹੈਗੇ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਇੱਥੇ ਆਏ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਮਨਾਉਣ ਵਾਸਤੇ, ਅਤੇ ਅਸੀਂ 30 ਤਰੀਕ ਦੇ ਇੱਥੇ ਆਏ ਹੋਏ ਹਾਂ ਲੱਡੂਆਂ ਦੀ ਸੇਵਾ ਕਰਨ ਦੇ ਲਈ। ਸਾਡੇ ਉੱਧਰੋਂ ਪਿੰਡ ਕਾਫੀ ਜਾਣੇ ਜਾਣੇ, ਜਿੱਦਾਂ ਅਸੀਂ ਬੀਬੀਆਂ ਵੀ ਆਈਆਂ ਹੋਈਆਂ ਨੇ, ਨਾਲ ਸਾਡੇ ਵੀਰ ਜੀ ਹੋਣੀ ਵੀ ਆਏ ਨੇ। ਤਾਂ ਕਿੰਨਾ ਕੁ ਸਕੂਨ ਮਿਲਦਾ ਮਨ ਨੂੰ? ਹਾਂਜੀ, ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਜਦੋਂ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਉਂਦੇ ਹਾਂ ਸਥਾਨ 'ਤੇ। ਇਸ ਵਾਰ ਕਿੰਨਾ ਲੱਡੂ ਤਿਆਰ ਕੀਤਾ ਗਿਆ?
ਹਾਂਜੀ ਇਸ ਵਾਰ ਤਕਰੀਬਨ ਜਿਹੜਾ ਵਾ 15 ਕੁ ਕੁਇੰਟਲ ਦੇ ਕਰੀਬ ਜਿਹੜਾ ਵਾ ਲੱਡੂ ਤਿਆਰ ਕੀਤਾ ਗਿਆ ਜੀ। ਟੋਟਲ 60 ਕੁਇੰਟਲ ਹੋ ਗਿਆ। ਹਾਂਜੀ ਹਾਂਜੀ ਅੱਜ ਦਾ ਬੇਸਣ ਜਿਹੜਾ ਵਾ ਉਹ ਇੰਨਾ ਸੀ। ਅੱਛਾ 15 ਕੁਇੰਟਲ ਬੇਸਣ। ਹਾਂਜੀ ਹਾਂਜੀ ਤੇ ਇਹ ਸਪੈਸ਼ਲੀ ਫਿਰ ਤੁਹਾਨੂੰ ਚਾਹ ਹੁੰਦਾ ਬੰਦਾ? ਹਾਂਜੀ ਹਾਂਜੀ ਸਾਨੂੰ ਕਾਫੀ ਦੇਰ ਦੀ ਵੇਟ ਹੁੰਦੀ ਆ ਕਿ ਅਸੀਂ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਕਰਕੇ ਆਉਣਾ ਵਾ। ਅਸੀਂ ਸਪੈਸ਼ਲੀ ਜਿੱਦਾਂ ਮੈਂ ਸਕੂਲ ਜਾਂਦੀ ਹਾਂ, ਜਿੱਦਾਂ ਕਾਲਜ ਜਾਂਦੀ ਹਾਂ, ਮੈਂ ਛੁੱਟੀਆਂ ਲੈਂਦੀ ਹਾਂ, ਜਿੱਦਾਂ ਮੇਰੇ ਵੀਰ ਜੀ ਦੇ ਬੱਚੇ ਉਹ ਵੀ ਛੁੱਟੀਆਂ ਸਪੈਸ਼ਲ ਕਰਦੇ ਨੇ ਅਤੇ ਉਹ ਆਉਂਦੇ ਨੇ, ਜਿਹੜਾ ਵੀ ਕੋਈ ਜਿਸ ਤਰ੍ਹਾਂ ਵੀ ਆ ਉੱਦਾਂ ਹੀ ਜਿੰਨੀ ਕਿ ਆਪਣੀ ਜਿਹੜੀ ਆ ਸੇਵਾ ਜਿਹੜੀ ਨਿਭਾਉਂਦਾ ਆਣ ਕੇ ਇੱਥੇ। ਕਿੰਨੀਆਂ ਬਟਨ ਆਉਂਦੇ? ਹਾਂਜੀ ਹਾਂਜੀ ਥੱਲੇ ਵੀ ਸੇਵਾ ਕਰਦੀ ਰਹੀ। ਹਾਂਜੀ 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 ਮਾਤਾ ਕੀ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਆਏ ਹਾਂ, ਉਹਨਾਂ ਦੀ ਬਖਸ਼ਿਸ਼ ਆ। ਅਸੀਂ 30 ਤਰੀਕ 'ਤੇ ਆਏ ਹੋਏ ਹਾਂ ਆਪਣੇ ਬੱਚਿਆਂ ਦੇ ਨਾਲ, ਹਰ ਸਾਲ ਹੀ ਅਸੀਂ ਆਉਂਦੇ ਹਾਂ। ਉਹ ਗੁਰੂ ਰਾਮਦਾਸ ਸਿਰ 'ਤੇ ਹੱਥ ਧਰ ਕੇ ਅਤੇ ਸਾਡੇ ਕੋਲ ਸੇਵਾ ਲੈਂਦੇ ਆ, ਸਾਡੀ ਕੋਈ ਸਮਰੱਥਾ ਨਹੀਂ ਵੀ ਸੇਵਾ ਕਰ ਸਕੀਏ। ਅਤੇ ਚਲੋ ਕਿਰਪਾ ਹੀ ਮਹਾਰਾਜ ਦੀ, ਕੋਈ 80-90 ਪੀਪੇ ਘਿਓ ਦੇ ਲੱਗ ਗਏ ਆ ਅਤੇ ਲੱਡੂ ਬਣੇ ਬਹੁਤ। ਮਹਾਰਾਜ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ, ਅਤੇ ਇੰਨਾ ਕਹਿੰਦੇ ਹੋਏ ਸਮਾਂ ਦੇ ਜਾ ਚੁੱਕੇ ਹਾਂ। ਪਹਿਚਾਣ ਲਿਆ ਭਾਅ ਜੀ, ਪ੍ਰਧਾਨ ਸਾਡੇ ਵੀ ਨੇ ਜੀ। ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਇਸ ਵਾਰ, ਕਿੱਦਾਂ ਤਿਆਰੀਆਂ ਫਿਰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਿੱਖ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਲੱਖ ਲੱਖ ਵਧਾਈਆਂ ਹੋਣ। ਇਹ ਲੱਡੂਆਂ ਦਾ ਲੰਗਰ ਭੈਣ ਭਰਾਵਾਂ ਵੀਰਾਂ ਦਾ NRI ਦਾ ਦੇ ਸੰਯੋਗ ਨਾਲ ਹਰ ਸਾਲ ਦੀ ਤਰ੍ਹਾਂ ਇੱਥੇ ਸੰਗਤਾਂ ਦੇ ਸੰਯੋਗ ਨਾਲ ਲਗਾਇਆ ਜਾਂਦਾ ਵਾ। ਸੰਗਤਾਂ ਰਲ ਮਿਲ ਕੇ ਲੱਡੂ ਤਿਆਰ ਕਰਦੀਆਂ, ਭੈਣਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀਆਂ ਸੰਗਤਾਂ ਦਾ ਲੱਖ ਲੱਖ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਕਿੰਨਾ ਲੱਡੂ ਤਿਆਰ ਕੀਤਾ ਗਿਆ ਜੀ ਇਸ ਸਾਲ? 75 ਤੋਂ 70-75 ਕੁਇੰਟਲ ਤਿਆਰ ਕੀਤੇ ਗਏ ਜੀ। ਕੱਲ੍ਹ ਫਿਰ ਸਵੇਰ ਤੋਂ ਸੰਗਤਾਂ ਨੂੰ ਵਰਤਾ ਰਹੇ ਜੀ। ਕੱਲ੍ਹ ਹਾਂਜੀ ਹਾਂਜੀ ਕੱਲ੍ਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜੀ। ਸਿੰਘ ਸੰਗਤਾਂ ਨੂੰ ਖੁਸ਼ੀਆਂ ਪ੍ਰਾਪਤ ਕਰਨਗੀਆਂ, ਨਾਲੇ ਲੱਡੂ ਛਕਣਗੀਆਂ। ਵੇਖੋ ਜੀ, ਸਭ ਤੋਂ ਵੱਡੀ ਜੋਤ ਆ ਦਸਵਾਂ ਗੁਰਾਂ ਦੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਹਿਲਾ ਪ੍ਰਕਾਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਕੀਤਾ ਸੀ, ਗੁਰੂ ਅਰਜਨ ਪਾਤਸ਼ਾਹ ਨੇ ਕਰਵਾਇਆ ਸੀ। ਉਸ ਦਿਹਾੜੇ ਨੂੰ ਮਨਾਉਣ ਲਈ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।